ਟੂਰਿਸਟ ਵਿਦੇਸ਼ੀ ਆ ਕੇ ਰੁਕੇ ਨੇ, ਠੀਕ ਹੈ, ਅਤੇ ਇਹਨਾਂ ਦੀ ਕਿੱਦਾਂ ਸਾਂਭ ਸੰਭਾਲ ਕੀਤੀ ਜਾ ਰਹੀ ਹੈ, ਅਤੇ ਕੀ ਉਹਨਾਂ ਨੇ ਤੁਹਾਨੂੰ, ਤੁਸੀਂ ਗੱਲਬਾਤ ਕੀਤੀ ਉਹਨਾਂ ਦੇ ਨਾਲ ਲੰਮਾ ਸਮਾਂ, ਅਤੇ ਕੀ ਦੱਸਿਆ ਉਹਨਾਂ ਨੇ? ਇੱਥੇ ਬੈਲਜੀਅਮ ਤੋਂ ਜਿਹੜੇ ਮਾਤਾ ਜੀ ਆਏ ਹੋਏ ਅਤੇ ਇੱਥੇ ਬੈਲਜੀਅਮ ਤੋਂ ਇਸ ਕਰਕੇ ਆਏ ਸੀ ਉਹ ਗੁਰਬਾਣੀ ਦਾ ਸਾਖਿਆ ਰਹਿਣਾ ਚਾਹੁੰਦੇ ਪੱਟੀ। ਸੋ ਉਹਨਾਂ ਦੇ ਨਾਲ ਅੱਜ ਗੁਰਦੁਆਰਾ ਸਾਹਿਬ ਗੱਲਬਾਤ ਹੋਈ ਆ। ਮੈਂ ਪੁੱਛਿਆ ਕਿ ਮਾਤਾ ਜੀ ਤੁਸੀਂ ਮਤਲਬ ਜਿਹੜਾ ਇੱਥੇ ਪੰਜਾਬ ਆਏ ਹੋ, ਵੀ ਪੰਜਾਬ ਆਉਣ ਦਾ ਤੁਹਾਡਾ ਮੰਤਵ ਕੀ ਸੀ? ਅਤੇ ਉਹਨਾਂ ਨੇ ਦੱਸਿਆ ਵੀ ਮਤਲਬ ਮੈਂ ਜਦੋਂ ਇਸ ਗੱਲ ਬਾਰੇ ਜਾਣਿਆ ਕਿ ਜੋ ਗੁਰੂ ਸਾਹਿਬ ਦੀ ਪਵਿੱਤਰ ਗੁਰਬਾਣੀ ਆ, ਜੋ ਸਾਡੇ ਉੱਥੋਂ ਦੇ ਪ੍ਰਚਾਰਕਾਂ ਨੇ ਜੋ ਸਾਨੂੰ ਸਾਡੇ ਕੰਟਰੀ ਦੇ ਵਿੱਚ ਗੁਰਬਾਣੀ ਬਾਰੇ ਦੱਸਿਆ ਕਿ ਇਹ ਤਾਂ ਸਾਰੇ ਸੰਸਾਰ ਲਈ ਆ, ਵੀ ਸਾਨੂੰ ਇਸ ਤੋਂ ਬਹੁਤ ਵੱਡਾ ਪ੍ਰਭਾਵਿਤ ਹੋਣ ਦਾ ਕਾਰਨ ਬਣਿਆ ਇੱਥੇ ਆਉਣ ਦਾ, ਤਾਂ ਕਿ ਅਸੀਂ ਜਾਣ ਸਕੀਏ ਕਿ ਇੱਕੋ ਇੱਕ ਇਹ ਵਿਚਾਰਧਾਰਾ ਸਾਂਝੀਵਾਲਤਾ ਬਰਾਬਰਤਾ ਕਿ ਵਿਸ਼ਵ ਵਾਹਿਗੁਰੂ ਦਾ ਪਰਿਵਾਰ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਹੋਰ ਜ਼ਿਆਦਾ ਇਸ ਧਰਮ ਬਾਰੇ ਜਾਣਨ ਦੀ ਜਿਹੜੀ ਸਾਡੇ ਮਨ ਦੇ ਵਿੱਚ ਇਹ ਭਾਵਨਾ ਪੈਦਾ ਹੋਈ, ਇਹ ਮਾਤਾ ਜੀ ਕਹਿੰਦੇ ਵੀ ਇਸ ਕਰਕੇ ਮੈਂ ਇੱਥੇ ਗੁਰਬਾਣੀ ਦੀ ਸਾਖਿਆ ਲੈਣ ਵਾਸਤੇ, ਤਾਂ ਕਿ ਹੋਰ ਜਾਣਕਾਰੀ ਲੈ ਸਕਾਂ ਕਿ ਗੁਰਬਾਣੀ ਨੇ ਕਿਵੇਂ ਪੂਰੇ ਸੰਸਾਰ ਨੂੰ ਇੱਕੋ ਨਾਰਾ ਦਿੱਤਾ, ਸਰਬੱਤ ਦੇ ਭਲੇ ਦਾ ਨਾਰਾ। ਅਤੇ ਇਹਦੇ ਨਾਲ ਨਾਲ ਇਹਨਾਂ ਨੇ ਮਾਤਾ ਜੀ ਨੇ ਇਹ ਵੀ ਦੱਸਿਆ ਕਿ ਜੋ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਵੀ ਉਹਨਾਂ ਤੋਂ ਅਸੀਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ, ਉਹ ਕੁਰਬਾਨੀਆਂ ਵੀ ਕਿਉਂਕਿ ਗੁਰਬਾਣੀ ਦੀ ਵਿਚਾਰਧਾਰਾ ਵੀ ਸਾਰਾ ਸੰਸਾਰ ਇੱਕ ਹੈ, ਵਾਹਿਗੁਰੂ ਦਾ ਪਰਿਵਾਰ ਹੈ, ਅਤੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਵੀ ਮਤਲਬ ਜੋ ਵਿਚਾਰਧਾਰਾ ਉਹਦੇ 'ਤੇ ਅਮਲ ਵੀ ਆ। ਇਸ ਗੱਲ ਨੇ ਵੀ ਸਾਨੂੰ ਪ੍ਰਭਾਵਿਤ ਕੀਤਾ ਵੀ ਜੇ ਗੁਰੂ ਸਾਹਿਬ ਨੇ ਸਰਬੱਤ ਦਾ ਭਲਾ ਮੰਗਿਆ ਤਾਂ ਗੁਰੂ ਸਾਹਿਬ ਨੇ ਅਤੇ ਗੁਰੂ ਸਾਹਿਬ ਦੇ ਸਿੰਘਾਂ ਨੇ ਸਰਬੱਤ ਦੇ ਭਲੇ ਲਈ ਜਿਹੜੀ ਵੀ ਕੁਰਬਾਨੀ ਕਰਨੀ ਪਈ ਉਹ ਕੁਰਬਾਨੀ ਵੀ ਕੀਤੀ। ਸੋ ਇਸ ਕਰਕੇ ਪ੍ਰੈਕਟੀਕਲ ਇਹ ਧਰਮ ਹੋਣ ਕਰਕੇ, ਵਿਸ਼ਵ ਵਿਆਪੀ ਧਰਮ ਹੋਣ ਕਰਕੇ ਬਸ ਵਧੇਰੇ ਜਾਣਕਾਰੀ ਪ੍ਰਾਪਤ। ਕਿੰਨੇ ਦਿਨਾਂ ਤੋਂ ਇੱਥੇ ਰਹਿ ਰਹੇ ਨੇ? ਇਹ ਜੀ ਹੁਣ ਤਾਂ ਤਕਰੀਬਨ ਹਫ਼ਤੇ ਤੋਂ ਆਏ ਹੋਏ ਸੀ ਅਤੇ 3 ਦਿਨ ਇੱਥੇ ਵੀ ਆਇਆ ਨੂੰ ਹੋਵੇ, ਅਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਬਈ ਕਿਉਂਕਿ ਗੁਰੂ ਸਾਹਿਬ ਤਾਂ ਸੱਚੇ ਪਾਤਸ਼ਾਹ ਦਾ ਕਲਗੀਆਂ ਵਾਲੇ ਪਿਤਾ ਦਾ ਚਰਨ ਛੋਹ ਪ੍ਰਾਪਤ ਪਵਿੱਤਰ ਗੁਰੂ ਘਰ ਆ, ਬਈ ਅਸੀਂ ਤੁਹਾਡੇ ਬੱਚੇ, ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਵੇਂ ਗੁਰੂ ਸਾਹਿਬ ਦਾ ਸੱਚੇ ਪਾਤਸ਼ਾਹ ਦਾ ਹੁਕਮ ਆ, ਸਭੇ ਸਾਂਝੀ ਬਾਲ ਸਦੈਵ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਕੋਈ ਵੀ ਆਵੇ ਗੁਰੂ ਘਰ, ਜੋ ਗੁਰੂ ਘਰ ਦੀਆਂ ਰਵਾਇਤਾਂ ਨੇ ਹਮੇਸ਼ਾ ਤੋਂ ਹੀ ਇਹ ਨਿਆਸਰਿਆਂ ਦੇ ਆਸਰੇ ਰਹੇ ਨੇ ਕਿ ਅਸੀਂ ਕਿਸੇ ਤਰ੍ਹਾਂ ਦੀ ਤੁਹਾਨੂੰ ਮੁਸ਼ਕਲ ਨਹੀਂ ਆਉਣ ਦਿਆਂਗੇ, ਅਸੀਂ ਹਰ ਤਰ੍ਹਾਂ ਦੀ ਤੁਹਾਡੀ ਸਹੂਲਤ ਦਾ ਧਿਆਨ ਰੱਖਾਂਗੇ। ਅਤੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਅਤੇ ਕੀ ਦੱਸਿਆ ਉਹਨਾਂ ਨੇ ਵੀ ਮੈਨੂੰ ਇੱਥੇ ਕਿੱਦਾਂ ਮਹਿਸੂਸ ਹੋ ਰਿਹਾ ਇੱਥੇ ਰਹਿਣ 'ਤੇ? ਇਹ ਤਾਂ ਕਹਿੰਦੇ ਨੇ ਮਤਲਬ ਮੈਂ ਬਿਆਨ ਨਹੀਂ ਕਰ ਸਕਦੀ, ਮਤਲਬ ਮੈਨੂੰ ਇੰਨਾ ਜ਼ਿਆਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਬਹੁਤ ਮਹਾਨ ਕੁਰਬਾਨੀਆਂ ਕੀਤੀਆਂ, ਇਹਨਾਂ ਨੇ ਜ਼ਿਕਰ ਵੀ ਕੀਤਾ, ਇਹਨਾਂ ਨੂੰ ਇਤਿਹਾਸ ਦਾ ਵੀ ਇੰਨਾ ਕੁ ਪਤਾ ਜਿੰਨਾ ਕੁ ਵੀ ਇਹਨਾਂ ਨੇ ਸਟੱਡੀ ਕੀਤੀ ਆ, ਅਤੇ ਇਹਨਾਂ ਨੇ ਆਪ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਸੁਣਾਇਆ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘਾਂ ਸਮੇਤ ਉਹਨਾਂ ਨੇ ਜੰਗ ਲੜੀ ਅਤੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵੀ ਇਹਨਾਂ ਨੂੰ ਪਤਾ ਕਿ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦੇ ਵੀ ਸ਼ਹੀਦ ਹੋਏ। ਅਤੇ ਇਹ ਕਹਿੰਦੇ ਵੀ ਮਤਲਬ ਮੈਂ ਇੱਥੇ ਆ ਕੇ ਉਸ ਕਲਗੀਆਂ ਵਾਲੇ ਪਿਤਾ ਨੇ ਫਿਰ ਚਰਨ ਪਾਏ ਅਤੇ ਮੈਂ ਇੱਥੇ ਆ ਕੇ ਮਤਲਬ ਇੰਨਾ ਜ਼ਿਆਦਾ ਆਪਣੇ ਆਪ ਨੂੰ ਮਹਿਸੂਸ ਕੀਤਾ, ਦਿਸ ਇਜ ਮੈਜੀਕਲ ਪਲੇਸ, ਮਤਲਬ ਮੈਂ ਬਿਆਨ ਤੋਂ ਬਾਹਰ ਆ ਵੀ ਇੰਨਾ ਮੈਨੂੰ ਰੂਹਾਨੀ ਇੱਥੇ ਆਉਣ 'ਤੇ ਆਨੰਦ ਮਿਲਿਆ। ਪੂਰੀ ਦੁਨੀਆ ਭਰ ਦੇ ਵਿੱਚ ਕਰੋਨਾ ਜਿੱਥੇ ਮਹਾਂਮਾਰੀ ਦੇ ਨਾਲ ਬਿਮਾਰੀ ਫੈਲੀ ਹੋਈ ਆ, ਅਤੇ ਇਹ ਉਸ ਕਾਰਨ ਆ ਕੇ ਇੱਥੇ ਪੰਜਾਬ 'ਚ ਫਸ ਗਏ ਅਤੇ ਜਾਂ ਮਤਲਬ ਕਿ ਇਹ ਸਪੈਸ਼ਲੀ ਇੱਥੇ? ਨਹੀਂ ਵੀ ਜੀ, ਇਹ ਆਏ ਤਾਂ ਸੀਗੇ ਗੁਰਬਾਣੀ ਦੀ, ਅਤੇ ਜਿਵੇਂ ਆਪਾਂ ਪਹਿਲਾਂ ਬੇਨਤੀ ਕੀਤੀ ਸਿੱਖ ਇਤਿਹਾਸ ਦੀ ਅਤੇ ਗੁਰੂ ਘਰਾਂ ਦੇ ਦਰਸ਼ਨ ਕਰਨ ਦੀ ਤਮੰਨਾ ਦੇ ਨਾਲ, ਵਧੇਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਇਤਿਹਾਸ ਬਾਰੇ, ਗੁਰਬਾਣੀ ਬਾਰੇ, ਗੁਰੂ ਘਰਾਂ ਬਾਰੇ। ਪਰ ਕਿਉਂਕਿ ਫਿਰ ਉਹ ਆਹ ਜਿਹੜਾ ਕਰੋਨਾ ਇਹਦਾ ਸੰਕਟ ਸਾਰੇ ਸੰਸਾਰ ਦੇ ਵਿੱਚ ਹੀ ਫੈਲ ਗਿਆ, ਉਹ ਜਦੋਂ ਲੋਕਡਾਊਨ ਹੋ ਗਏ ਤਾਂ ਇਹ ਫਿਰ ਲੋਕਡਾਊਨ ਅਨੁਸਾਰ ਮਤਲਬ ਇੱਥੇ ਫਸ ਗਏ, ਨਹੀਂ ਜਾ ਸਕੇ, ਇਸ ਕਰਕੇ ਫਿਰ ਇਹਨਾਂ ਨੂੰ ਇੱਥੇ ਗੁਰੂ ਘਰ ਆਉਣ ਦਾ ਮੌਕਾ ਬਣਿਆ। ਆਈ ਐਮ ਸਿੱਖ ਪੀਪਲਸ ਬਾਏ ਬੋਟ ਮੈਂਬਰ ਆਫ ਐਸ ਡੀ ਪੀ ਸੀ ਜੀ ਸਰ, ਵਾਟ ਆਰ ਯੂਅਰ ਫੀਲਿੰਗ ਇਜ਼ ਅਬਾਊਟ ਦਿਸ ਪਲੇਸ? Oh, yeah.
said in words, but I came from very difficult circumstances. Yeah. And I came here and I was very, very welcome. Yeah. With a very warm heart, and it really feels as if the door of the past really closed, the door of the future opened just in an instant when I came here and I was saying, you want to say that this place is a magical place? Oh, definitely. Dust of Guru's feet. Yes. I want to know from you, what purpose you are, you came here to Punjab? I was 4.5 months, I was in Punjab for Gurdwara in London. Yeah. And before I lived in Belgium. But when I went to sit down in Gurdwara in London, I said, finally I come home. I'm looking for a home all my life, because I'm born in Belgium with an Indian heart. You were born in Belgium. You want C6 type of hair? More than that, because in Gurdwara in London, the energy of Guru Gobind Singh Ji and his father were really joining me. Yeah. They were enlightening all my chakras. Yeah, yeah. And when I felt that, I also know Belgium is finished. Yeah, now yeah. I have to go with Guru's guidance. Yeah. In Vidyama. Not to Amritsa, not to Machavar, no. Really to Vidyama, he guided me. And I thought, yeah, there's a place where, for me, finally home, finally with my Julie family, actually. Yeah. Yeah. Breaking news, Punjab Delhi, Sarabjit Paneser, the report.